ਗੁਰਦੁਆਰਾ ਗੁਰੂ ਕਾ ਲਾਹੌਰ ਅਤੇ ਗੁਰਦੁਆਰਾ ਗੁਰੂ ਕੀ ਨਾੜ ਸਾਹਿਬ ਨੂੰ ਰਸਤੇ ਦੀ ਵੀਡੀਓ ਮੈਂ ਦੁਬਾਰਾ ਤਾਂ ਪਾ ਰਿਹਾ ਗਾ ਕਿਉਂਕਿ ਜਿਹੜੀ ਪਿਛਲੀ ਵੀਡੀਓ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦਰਸ਼ਨ ਕਰਵਾਏ ਉਸ ਸਥਾਨ ਦੇ ਜਿੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਆਨੰਦ ਕਾਰਜ ਹੋਏ ਨੇ, ਉਹਦੀ ਜਿਹੜੀ ਪਹਿਲਾਂ ਆਡੀਓ ਸੀ ਉਹਦੇ ਵਿੱਚ ਥੋੜ੍ਹਾ ਜਿਹਾ ਵੀਡੀਓ ਦੀ ਐਡੀਟਿੰਗ 'ਚ ਥੋੜ੍ਹਾ ਜਿਹਾ ਇਸ਼ੂ ਆ ਗਿਆ, ਅਪਲੋਡ ਹੋ ਗਈ, ਮੈਂ ਡਿਲੀਟ ਨਹੀਂ ਕੀਤੀ, ਦੁਬਾਰਾ ਨਹੀਂ ਪਾਈ। ਰਸਤੇ ਦੀ ਵੀਡੀਓ ਪਾ ਰਹੇ, ਦੁਬਾਰਾ ਦੱਸ ਰਿਹਾ ਜੀ, ਜਦੋਂ ਅਨੰਦਪੁਰ ਸਾਹਿਬ ਤੋਂ ਆਪਾਂ ਨੰਗਲ ਨੂੰ ਜਾਂਦੇ ਹਾਂ ਤਾਂ ਉੱਥੋਂ ਨੈਣਾ ਦੇਵੀ ਨੂੰ ਰਸਤੇ ਮੁੜਦੇ ਆ ਸੱਜੇ ਹੱਥ, ਅਸੀਂ ਜਿਹੜਾ ਰਸਤਾ ਲਿਆ ਸੀ ਉਹ ਦੂਜਾ ਰਸਤਾ ਲਿਆ ਸੀ, ਦੋ ਰਸਤੇ ਮੁੜਦੇ ਆ, ਪਹਿਲੇ ਵਾਲਾ ਛੱਡ ਕੇ ਗੂਗਲ ਮੈਪ ਨੇ ਦੂਜੇ ਵਾਲਾ ਨੇੜੇ ਦਿਖਾਇਆ ਸੀ, ਸਿੱਧਾ ਆ ਜਾਊ। ਥਾਂ ਥਾਂ 'ਤੇ ਤੁਹਾਨੂੰ ਬੋਰਡ ਮਿਲਣਗੇ, ਗੁਰਦੁਆਰਾ ਗੁਰੂ ਕੀ ਲਾਹੌਰ, ਨੈਣਾ ਦੇਵੀ ਇੱਧਰ ਨੂੰ ਆ। ਆਹ ਸਾਹਮਣੇ ਜਿਹੜਾ ਹਰੇ ਰੰਗ ਦਾ ਬੋਰਡ ਆ, ਹੁਣ ਇਹ ਹਿਮਾਚਲ ਦਾ ਬਾਰਡਰ ਆ ਗਿਆ, ਪੰਜਾਬ ਉਰਲੇ ਪਾਸੇ ਰਹਿ ਗਿਆ, ਹਿਮਾਚਲ ਸ਼ੁਰੂ ਹੋ ਗਿਆ ਇੱਥੋਂ। ਨੈਣਾ ਦੇਵੀ 7 ਕਿਲੋਮੀਟਰ ਇੱਥੋਂ, ਨੈਣਾ ਦੇਵੀ ਨੂੰ ਸੱਜੇ ਨੂੰ ਮੁੜ ਜੂਗੀ ਸੜਕ, ਪਰ ਆਪਾਂ ਜਾਣਾ ਸਿੱਧੇ, ਬਿਲਕੁਲ ਸਿੱਧੇ ਜਾਈ ਜਾਵਾਂਗੇ। ਸਾਹਮਣੇ ਪਹਾੜ ਸ਼ੁਰੂ ਹੋ ਗਿਆ, ਉਹ ਸਾਹਮਣੇ ਪਹਾੜੀ ਦੇ ਉੱਪਰ ਮੇਰੇ ਖਿਆਲ ਨਾਲ ਨੈਣਾ ਦੇਵੀ ਮੰਦਰ ਆ, ਉਹ ਬਿਲਕੁਲ ਸਾਹਮਣੇ ਅਨੰਦਪੁਰ ਸਾਹਿਬ ਉੱਥੋਂ ਕਲੀਅਰ ਦਿੰਦਾ ਹੈਗਾ। ਅਤੇ ਇਹ ਹੁਣ ਰਸਤਾ, ਪਰ ਆਪਾਂ ਸਿੱਧੇ ਹੀ ਜਾਣਾ, ਸਿੱਧੇ ਜਾਂਦੇ ਜਾਂਦੇ ਆਪਾਂ ਪਹੁੰਚ ਜਾਂਗੇ ਜੀ ਗੁਰਦੁਆਰਾ ਗੁਰੂ ਕੀ ਲਾਹੌਰ। ਗੁਰੂ ਕੀ ਲਾਹੌਰ ਤੋਂ ਗੁਰਦੁਆਰਾ ਨਾਟ ਸਾਹਿਬ 3 ਕਿਲੋਮੀਟਰ ਰਹਿ ਜਾਂਦਾ, ਉਹਦੇ ਉਸ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਵਾਂਗੇ। ਆਪਾਂ ਛਕਿਆ ਜੀ, ਅਤੇ ਲੰਗਰ ਛਕਣ ਤੋਂ ਬਾਅਦ ਹੁਣ ਆਪਾਂ ਗੁਰਦੁਆਰਾ ਪੌੜ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਦੀਦਾਰੇ ਕਰਵਾ ਦਈਏ। ਚਲੋ ਅੱਜ ਆਪਾਂ ਚੱਲਦੇ ਸਾਹਮਣੇ ਗੁਰਦੁਆਰਾ ਪੌੜ ਸਾਹਿਬ, ਇੱਧਰ ਗੁਰਦੁਆਰਾ ਗੁਰੂ ਕੀ ਲਾਹੌਰ, ਸਾਹਮਣੇ ਪੌੜ ਸਾਹਿਬ, ਆ ਜਾਓ ਚੱਲਦੇ ਹਾਂ। ਇਹ ਆਪਾਂ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਕੋਲ ਪਹੁੰਚ ਚੁੱਕੇ ਹਾਂ ਜੀ, ਇੱਕ ਓਅੰਕਾਰ ਗੁਰਦੁਆਰਾ ਪੌੜ ਸਾਹਿਬ। ਅਤੇ ਪਹਿਲਾਂ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਆਪਣੇ ਚੈਨਲ ਦੇ ਉੱਪਰ ਗੁਰਦੁਆਰਾ ਪੌੜ ਸਾਹਿਬ ਦੌਲੋ ਕਲਾਂ ਪਿੰਡ ਦੇ ਵਿੱਚ ਸੀ, ਜਿੱਥੇ ਗੁਰੂ ਸਾਹਿਬ ਜੀ ਦੇ ਘੋੜੇ ਨੇ ਪੌੜ ਮਾਰਿਆ ਸੀ, ਅਤੇ ਫਿਰ ਇਸ ਤੋਂ ਬਾਅਦ ਗੁਰੂ ਜੀ ਸੰਤ ਜੀ ਨੂੰ ਦਰਸ਼ਨ ਦਿੰਦੇ ਆ, ਸੰਤ ਜੀ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੇ ਆ। ਪਰ ਇਹ ਗੁਰਦੁਆਰਾ ਸਾਹਿਬ ਪੌੜ ਸਾਹਿਬ ਆ, ਇੱਥੇ ਗੁਰੂ ਸਾਹਿਬ ਜੀ ਨੇ ਘੋੜੇ ਨੇ ਪੌੜ ਮਾਰ ਕੇ ਜਲ ਦਾ ਸੋਮਾ ਪ੍ਰਗਟ ਕੀਤਾ ਸੀ। ਅਤੇ ਇੱਧਰ ਜਲ ਦਾ ਸੋਮਾ ਹਰ ਸਿਮਰਨ ਦੇਖ ਰਿਹਾ ਮੂਰੇ, ਇਹੀ ਹੈ ਜੀ ਉਹ ਜਲ ਦਾ ਸੋਮਾ ਜਿਹੜਾ ਗੁਰੂ ਸਾਹਿਬ ਦੇ ਘੋੜੇ ਨੇ ਪੌੜ ਮਾਰ ਕੇ ਪ੍ਰਗਟ ਕੀਤਾ ਸੀ। ਇਹ ਜਲ ਸੰਗਤਾਂ ਛਕਦੀਆਂ ਵੀ ਨੇ, ਇੱਧਰ ਸਰਾਹੀ ਜੀ ਪਈ ਆ, ਇਹਦੇ ਵਿੱਚੋਂ ਕੱਢ ਕੇ ਤੁਸੀਂ ਜਲ ਛਕ ਸਕਦੇ ਹੋ। ਕਿਹਾ ਸੀ ਕਿ ਖਾਰਾ ਪਾਣੀ ਹੈ, ਸਿੱਧੂ ਕੱਢੀ ਪਾਣੀ ਮਾੜਾ ਜਿਹਾ ਛੱਡ ਕੇ ਭਰੇ ਹੋਏ ਵਿੱਚ, ਇਸੇ ਵਿੱਚ ਹੀ ਆ ਪਾਣੀ ਮਾੜਾ ਜਿਹਾ ਹੱਥਾਂ ਸੀ, ਆ ਮਾੜੇ ਫਿਰ ਚੱਕੀ ਮੈਂ ਰੱਖ ਲਿਆ। ਇੱਕ ਵਾਰੀ ਆਪਾਂ ਛੱਕ ਕੇ ਦੇਖ ਲਈਏ ਕਿ ਵੀ ਖਾਰਾ ਪਾਣੀ ਉਧਰ ਵਿੱਚ ਕਰ ਲੈਂਦਾ, ਕਿਤੇ ਕਿਤੇ ਹੈਗਾ ਮਾੜਾ ਜਿਹਾ ਖਾਰਾ, ਜਿਹੜਾ ਆਪਾਂ ਅੰਦਰ ਪੀਤਾ ਨਾ ਪਾਣੀ, ਉਹਦੇ ਨਾਲ ਫਰਕ ਆ। ਜਿਵੇਂ ਆਪਾਂ ਪੁਰਾਣੇ ਟਾਈਮਾਂ ਦੇ ਵਿੱਚ ਨਲਕੇ ਦਾ ਪਾਣੀ ਹੀ ਨਿਕਲਦਾ ਹੁੰਦਾ ਸੀ। ਮੰਜੀ ਸਾਹਿਬ ਜੀ, ਚਾਰੇ ਪਾਸੇ ਦੇਖੀਏ ਤਾਂ ਅੰਬ ਦੇ ਦਰਖਤ ਬਹੁਤ ਆ, ਕਿਉਂਕਿ ਠੰਡਾ ਏਰੀਆ ਆ ਗਿਆ, ਪਾਣੀ ਬਿਲਕੁਲ ਉੱਪਰੀ ਆ, ਅਤੇ ਅੰਬ ਬਹੁਤ ਨੇ ਚਾਰੇ ਪਾਸੇ, ਅੰਬ ਲੱਗੇ ਵੀ ਹੋਇਆ ਹੁਣ, ਭਰਿਆ ਪਿਆ ਦਰਖਤ, ਸਾਰੇ ਦਰਖਤ ਅੰਬਾਂ ਨਾਲ ਭਰੇ ਹੋਏ ਆ। ਅੰਬ ਇੱਧਰ ਆ, ਲੰਗਰ ਆ ਪਿੰਡ ਮਾਜਰੀ, ਜਿਵੇਂ ਕਿਸੇ ਪਿੰਡ ਨੇ ਪੱਕਾ ਹੀ ਲੰਗਰ ਦੀ ਸੇਵਾ ਇੱਥੇ ਲਈ ਹੋਈ ਆ, ਪਿੰਡ ਮਾਜਰੀ ਗੁਰੂ ਕਾ ਲੰਗਰ ਬਿਲਕੁਲ ਨਾਲ ਆ ਇੱਥੇ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਜੀ। ਗੁਰਦੁਆਰਾ ਪੌੜ ਸਾਹਿਬ ਬਿਲਕੁਲ ਸਾਹਮਣੇ, ਇੱਧਰ ਮੈਂ ਪਹਿਲਾਂ ਤੁਹਾਨੂੰ ਦੱਸਿਆ ਗੁਰੂ ਕੀ ਲਾਹੌਰ, ਅਤੇ ਉੱਧਰ ਹੁਣ ਆਪਾਂ ਜਾਵਾਂਗੇ ਉੱਧਰ ਉੱਪਰ ਚੜ੍ਹ ਕੇ ਗੁਰਦੁਆਰਾ ਤਰਵੈਣੀ ਸਾਹਿਬ, ਉਹਦਾ ਇਤਿਹਾਸ ਅਲੱਗ ਹੈ, ਉਹ ਇਤਿਹਾਸ ਆਪਾਂ ਤੁਹਾਨੂੰ ਉੱਥੇ ਚੱਲ ਕੇ ਸਰਵਣ ਕਰਾਉਂਦੇ। ਚਲੋ ਹੁਣ ਇੱਥੋਂ ਪਾ ਕੇ ਚੱਲੇ ਆਪਾਂ, ਚੱਲਦੇ ਹਾਂ ਗੁਰਦੁਆਰਾ ਤਰਵੈਣੀ ਸਾਹਿਬ। ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਤਰਵੈਣੀ ਸਾਹਿਬ। ਇਹ ਸਥਾਨ ਹੈ ਜੀ ਜਿੱਥੇ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਪਾਣੀ ਦੀ ਬੜੀ ਘਾਟ ਹੈ, ਤਾਂ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ 'ਤੇ ਕਿਰਪਾ ਵਰਸ਼ਾ ਮਾਰ ਕੇ ਪਾਣੀ ਦੀਆਂ 3 ਧਾਰਾਂ ਵਗਾਈਆਂ, ਜਿਸ ਕਾਰਨ ਜਗ੍ਹਾ ਦਾ ਨਾਂ ਤਰਵੈਣੀ ਪਿਆ। ਸੋ ਸਥਾਨ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ ਤਰਵੈਣੀ ਸਾਹਿਬ ਦੇ, ਅਤੇ ਸਰੋਵਰ ਬਿਲਕੁਲ ਸਾਹਮਣੇ ਆ। ਅੱਜ ਆਪਾਂ ਚੱਲੀਏ, ਨਿਸ਼ਾਨ ਸਾਹਿਬ ਲੱਗਿਆ ਹੋਇਆ, ਪਹਿਲਾਂ ਲੰਗਰ ਛੱਕ ਕੇ ਆਏ ਆਪਾਂ, ਕੜੀ ਚੌਲ ਸੀ ਨਾਲ, ਪ੍ਰਸ਼ਾਦਾ ਵੀ ਸੀ, ਚਾਹ ਵੀ ਸੀ, ਕੜੀ ਬਹੁਤ ਸਵਾਦ ਸੀ, ਆਪਾਂ ਛੱਕਿਆ, ਦੱਸਣਾ ਭੁੱਲ ਗਿਆ ਸੀ ਪਹਿਲਾਂ ਮੈਂ ਹੁਣ ਦੱਸਣਾ। ਅਤੇ ਇਹ ਸਥਾਨ ਆ, ਬਾਲਟੀ ਲਮਕਾ ਕੇ ਤੁਸੀਂ ਭਰ ਕੇ ਖਿੱਚ ਸਕਦੇ, ਚੂਲਾ ਛੱਕ ਸਕਦੇ ਹੋ, ਹਜੇ ਵੀ ਜਲ ਉਵੇਂ ਉੱਪਰ ਹੀ ਹੈਗਾ ਬਿਲਕੁਲ। ਇਹ ਸੰਗਤਾਂ ਮਾਇਆ ਛੇੜਦੀਆਂ ਨੇ, ਸੋਮਾ ਜਲ ਦਾ ਸਥਾਨ ਜਲ ਪ੍ਰਗਟ ਕੀਤਾ ਗੁਰੂ ਸਾਹਿਬ ਨੇ, ਬਿਲਕੁਲ ਜਿਹੜਾ ਜਲ ਆ ਬਹੁਤ ਜ਼ਿਆਦਾ ਕਲੀਅਰ ਆ, ਸਾਫ਼ ਬਹੁਤ ਆ, ਹੈ ਨਾ, ਸਾਫ਼ ਬਹੁਤ ਆ ਪਾਣੀ, ਸਾਫ਼ ਇੱਦਾਂ ਹੀ ਹੋਊਗਾ,
ਇਹ ਆਟੋਮੈਟਿਕ ਆਪਾਂ ਪਤਾ ਨਹੀਂ ਮੈਨੂੰ ਬੋਰਡ ਲਿਖ ਕੇ ਵੀ ਲਾਇਆ ਹੋਇਆ ਤ੍ਰਿਵੈਣੀ ਸਾਹਿਬ ਵਿੱਚ ਮਾਇਆ ਨਾ ਪਾਓ ਜੀ, ਸਰੋਵਰ ਸਾਹਿਬ ਵਿੱਚ ਤੈਰਨਾ ਅਤੇ ਛਾਲਾਂ ਮਾਰਨੀਆਂ ਮਨਾ, ਤ੍ਰਿਵੈਣੀ ਸਾਹਿਬ 'ਚ ਮਾਇਆ ਨਾ ਪਾਓ ਜੀ, ਤ੍ਰਿਵੈਣੀ ਸਾਹਿਬ 'ਚ ਮਾਇਆ ਨਾ, ਵਾਰੀ ਵਾਰੀ ਲਿਖਿਆ ਗਿਆ, ਅਪੀਲ ਕੀਤੀ ਗਈ ਆ। ਹਾਂ ਪਰ ਸੰਗਤਾਂ ਫਿਰ ਵੀ ਇੱਥੇ ਮਾਇਆ ਛੁੱਟ ਕੇ ਨੇ, ਇਹਦੇ ਬਾਰੇ ਕੋਈ ਮਨ ਮੱਤ ਹੈ ਜਾਂ ਕਿੱਦਾਂ ਕੁਛ, ਕਿਉਂਕਿ ਜੇ ਇੱਕ ਨੇ ਛੁੱਟਿਆ ਹੋਊ ਤਾਂ ਪਿੱਛੇ ਬਾਕੀ ਲੱਗੇ ਹੋਣਗੇ ਜੋ ਵੀ ਹੋਊ। ਪਰ ਸਿੱਕੇ ਤੁਸੀਂ ਦੇਖ ਸਕਦੇ, ਸਿੱਕੇ ਬਹੁਤ ਆ, ਤਾਂ ਵਿੱਚ ਕੋਈ ਵੜ ਨਹੀਂ ਸਕਦਾ, ਸੋ ਉਹਦੇ ਕਰਕੇ ਸਫਾਈ ਪੋਸੀਬਲ ਨਹੀਂ। ਚਲੋ ਮੈਂ ਦਰਬਾਰ ਸਾਹਿਬ 'ਚ ਮੱਥਾ ਟੇਕ ਪਿਆ ਹਾਂ, ਉੱਥੇ ਵੀਡੀਓ ਤਾਂ ਨਹੀਂ ਬਣਾਊਂਗਾ ਅੰਦਰ ਦਰਬਾਰ ਸਾਹਿਬ ਦੇ, ਮੇਰੇ ਸਾਹਮਣੇ ਦਰਬਾਰ ਹਾਲ ਆ ਜੀ, ਗੁਰੂ ਮਹਾਰਾਜ ਦਾ ਪ੍ਰਕਾਸ਼ ਆ, ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਆਉਣਾ ਵਾਪਸ, ਕਰਦੇ ਹਾਂ ਗੱਲਬਾਤ ਆਪਾਂ। ਸੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਜੀ ਬਹੁਤ ਹੀ ਸੋਹਣੇ ਸਥਾਨ ਦੇ। ਪਹਿਲਾਂ ਤੁਹਾਨੂੰ ਦਰਸ਼ਨ ਕਰਵਾਏ ਸੀ ਜੀ ਗੁਰਦੁਆਰਾ ਗੁਰੂ ਕਾ ਲਾਹੌਰ, ਇਸ ਤੋਂ ਬਾਅਦ ਆਪਾਂ ਤੁਹਾਨੂੰ ਗੁਰਦੁਆਰਾ ਪੌੜ ਸਾਹਿਬ ਅਤੇ ਅਖੀਰ ਦੇ ਵਿੱਚ ਗੁਰਦੁਆਰਾ ਤ੍ਰਿਵੈਣੀ ਸਾਹਿਬ ਦਾ ਦਰਸ਼ਨ ਕਰਵਾਏ ਨੇ। ਗੁਰਦੁਆਰਾ ਗੁਰੂ ਕਾ ਲਾਹੌਰ ਕਿਉਂ ਨਾ ਪਿਆ, ਤੁਹਾਨੂੰ ਉਹ ਇਤਿਹਾਸ ਸਰਵਣ ਕਰਾਇਆ, ਉਸ ਸਥਾਨ ਦੇ ਦਰਸ਼ਨ ਕਰਵਾਏ ਜਿੱਥੇ ਗੁਰੂ ਸਾਹਿਬ ਜੀ ਦੇ ਆਨੰਦ ਕਾਰਜ ਹੋਏ ਸਨ, ਅਤੇ ਇਹ ਤੋਂ ਬਾਅਦ ਜਿੱਥੇ ਘੋੜੇ ਨੇ ਪੌੜ ਮਾਰ ਕੇ ਖਾਰਾ ਪਾਣੀ ਪ੍ਰਗਟ ਕੀਤਾ ਸੀ, ਅਤੇ ਇਹ ਤੋਂ ਬਾਅਦ ਗੁਰਦੁਆਰਾ ਤ੍ਰਿਵੈਣੀ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਨੇ ਤਿੰਨ ਧਾਰਾਂ ਪ੍ਰਗਟ ਕੀਤੇ ਸਨ ਜਲਦਿਆਂ, ਜੇ ਤੋਂ ਗੁਰਦੁਆਰਾ ਸਾਹਿਬ ਦਾ ਨਾਮ ਤ੍ਰਿਵੈਣੀ ਸਾਹਿਬ ਪਿਆ। ਸੋ ਦੇਖਦੇ ਰਹੋ ਯੂਟਿਊਬ ਚੈਨਲ, ਅਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਆ ਕਰੋ, ਕਮੈਂਟ ਕਰਕੇ ਫਤਿਹ ਜ਼ਰੂਰ ਬੁਲਾਇਆ ਕਰੋ, ਅਤੇ ਅਰਦਾਸ ਕਰਿਆ ਕਰੋ ਸੁਨਹਿਰੇ ਭਵਿੱਖ ਦੀ, ਪੰਜਾਬ ਦੇ ਭਵਿੱਖ ਦੀ। ਅਤੇ ਕੋਸ਼ਿਸ਼ ਕਰੀਏ ਜੀ, ਜਿਵੇਂ ਇੱਥੇ ਬਹੁਤ ਉੱਪਰ ਪਾਣੀ ਆ, ਅਤੇ ਅਸੀਂ ਵੀ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਕਰੀਏ। ਅਤੇ ਮਿਲਦੇ ਹਾਂ ਜੀ ਹੁਣ ਆਪਾਂ ਅਗਲੀ ਵੀਡੀਓ ਨਾਲ, ਅਤੇ ਇੱਥੋਂ ਹੁਣ ਅਸੀਂ ਵਾਪਸ ਜਾਵਾਂਗੇ ਅਨੰਦਪੁਰ ਸਾਹਿਬ ਨੂੰ, ਅਤੇ ਅਨੰਦਪੁਰ ਸਾਹਿਬ ਚੱਲ ਕੇ ਕੁਛ ਟਾਈਮ ਥੋੜ੍ਹਾ ਵਿਸ਼ਰਾਮ ਕਰਨ ਤੋਂ ਬਾਅਦ ਫਿਰ ਆਪਾਂ ਅਗਲੇ ਗੁਰੂ ਘਰ ਦੇ ਦਰਸ਼ਨ ਕਰਨ ਜਾਵਾਂਗੇ, ਉਹਦੀ ਵੀਡੀਓ ਤੁਹਾਨੂੰ ਕੱਲ੍ਹ ਦੇਖਣ ਨੂੰ ਮਿਲੂਗੀ। ਸੋ ਜੁੜੇ ਰਹੋ ਯੂਟਿਊਬ ਚੈਨਲ ਨਾਲ, ਚੈਨਲ ਵੱਧ ਤੋਂ ਵੱਧ ਸ਼ੇਅਰ ਕਰੋ, ਜੇਕਰ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਤਾਂ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਕਿਰਪਾ ਕਰਕੇ। ਸੋ ਅਗਲੀ ਵੀਡੀਓ ਤੱਕ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।